ਇਸ ਤੋਂ ਪਹਿਲਾਂ ਅਸੀਂ ਸੁਲਤਾਨਪੁਰ ਲੋਧੀ ਜਿਹੜਾ ਸਟੇਸ਼ਨ 'ਤੇ ਆਪਣਾ ਕੰਮ ਚੱਲ ਰਿਹਾ, ਅਸੀਂ ਉੱਥੇ ਬੈਂਚ ਲਗਾ ਕੇ ਆਏ ਹਾਂ ਅਤੇ ਉਸ ਤੋਂ ਬਾਅਦ ਸਾਡੀ ਇੱਕ ਟੀਮ ਬੈਂਚ ਲਗਾਉਣ ਵਾਸਤੇ ਗਈ ਹੈ ਆਪਣਾ ਲੋਹੀਆ ਖਾਸ, ਉੱਥੇ ਵੀ ਇੰਸਟਾਲੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਹੁਣ ਸਾਡੀ ਇਹ ਦੂਜੀ ਟੀਮ ਆਈ ਹੈ ਡੇਰਾ ਬਾਬਾ ਨਾਨਕ, ਇੱਥੇ ਅਸੀਂ ਇਹ ਬੈਂਚ ਲਗਾਉਣੇ ਆ ਸੰਗਤਾਂ ਵਾਸਤੇ। ਅਤੇ ਇਹ ਜਿੰਨਾ ਵੀ ਕੰਮ ਚੱਲ ਰਿਹਾ ਗੌਰਮੈਂਟ ਵੱਲੋਂ ਕਰਤਾਰਪੁਰ ਕੋਰੀਡੋਰ ਦਾ ਕੰਮ ਚੱਲ ਰਿਹਾ ਹੈ ਅਤੇ ਉਹਦੇ ਉਪਲਕਸ਼ ਵਿੱਚ ਗੌਰਮੈਂਟ ਵੱਲੋਂ ਇਹ ਕੰਮ ਜਿਹੜਾ ਬਹੁਤ ਜ਼ਿਆਦਾ ਮਤਲਬ ਭਾਰੀ ਪੱਧਰ ਤੱਕ ਕੰਮ ਹੋ ਰਿਹਾ। ਇਹ ਕਿੰਨੇ ਬੈਂਚ ਤੁਸੀਂ ਇੱਥੇ ਲੈ ਕੇ ਅਤੇ ਕਿੱਥੇ ਲਗਾ ਰਹੇ ਹੋ? ਇਹ ਲੱਗਣਗੇ ਇੱਥੇ ਜੀ 16 ਬੈਂਚ। ਕਿਸ ਜਗ੍ਹਾ 'ਤੇ ਲਗਾ ਰਹੇ? ਇਹ ਟਿਕਟ ਕਾਊਂਟਰ ਦੇ ਕੋਲ ਲੱਗਣਗੇ ਬੈਂਚ, ਉੱਧਰ ਵੇਟਿੰਗ ਹਾਲ 'ਚ ਲੱਗਣਗੇ ਅਤੇ ਸਟੇਸ਼ਨ 'ਤੇ ਲੱਗਣਗੇ ਪਲੇਟਫਾਰਮ 'ਤੇ। ਬਹੁਤ ਫਾਇਦਾ ਹੋਗਾ, ਇਸੇ ਲੋਕਾਂ ਕੋ ਟ੍ਰੈਫਿਕ ਮੇਂ ਜਾਮ ਸੇ ਆਰਾਮ ਮਿਲੇਗਾ। ਇਹ ਤੋਂ ਦਿੱਲੀ ਸੇ ਘੁੰਮਨੇ ਆਏ ਥੇ ਕਰਤਾਰ ਸਿੰਘ ਕੋਰੀਡੋਰ ਪੇ, ਬਗਲ ਮੇਂ ਉਸਕੇ ਉਪਲਕਸ਼ ਮੇਂ ਕਾਮ ਵੀ ਚੱਲ ਰਿਹਾ ਉਦਘਾਟਨ ਜੋ ਹੋਣਾ, ਤੋ ਬਹੁਤ ਅੱਛਾ ਲੱਗਾ। ਦੋ ਟ੍ਰੇਨਾਂ ਔਰ ਨਈ ਜੀ ਚਾਲੂ ਹੋਈ, ਇਸ ਪਰ ਇਸੇ ਲੋਕਾਂ ਕੋ ਬਹੁਤ ਆਰਾਮ ਮਿਲੇਗਾ। ਮੈਂ ਸੁਲਤਾਨਪੁਰ ਲੋਧੀ ਤੋਂ ਆਇਆ ਵਾਂ ਔਰ ਮੈਨੂੰ ਸਿੱਧੀ ਟ੍ਰੇਨ ਕੋਈ ਨਹੀਂ ਮਿਲੀ। ਅੰਮ੍ਰਿਤਸਰ ਤੋਂ ਵੈਲਕਾ, ਵੈਲਕਾ ਤੋਂ ਇੱਥੇ ਆਇਆ ਵਾਂ। ਮੇਰੀ 80 ਸਾਲ ਉਮਰ ਹੈ, ਬਹੁਤ ਦਿੱਕਤ ਹੈਗੀ ਹੈ। ਇੱਥੋਂ ਸਿੱਧੀ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਸੁਲਤਾਨਪੁਰ ਲੋਧੀ ਸਿੱਧੀ ਜਾਣੀ ਚਾਹੀਦੀ ਹੈ। ਔਰ ਇੱਥੋਂ ਵੀ ਜਦੋਂ ਪ੍ਰੋਗਰਾਮ ਬਾਬੇ ਗੁਰੂ ਨਾਨਕ ਦੇਵ ਜੀ 500 ਸਾਲਾਂ 50 ਸਾਲਾਂ ਇਹ ਸਿੱਧੀ ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਲੋਧੀ ਜਾਣੀ ਚਾਹੀਦੀ। ਇਹ ਬਹੁਤ ਜ਼ਿਆਦਾ ਲਾਭ ਮਿਲੇਗਾ ਕਿਉਂਕਿ ਸੰਗਤ ਡੇਰਾ ਬਾਬਾ ਨਾਨਕ ਤੋਂ ਆ ਕੇ ਦਰਸ਼ਨ ਕਰਨ ਜਾਇਆ ਕਰੂ ਕਰਤਾਰਪੁਰ, ਅਤੇ ਫਿਰ ਮਹਾਰਾਜ ਦੇ ਦਰਸ਼ਨ ਹੋਣ ਕਰਨਗੇ ਅਤੇ ਆਉਂਦੀ ਜਾਂਦੀ ਸੰਗਤ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲਣਗੀਆਂ। ਰਸਤੇ 'ਚ ਕੋਈ ਰੁਕਾਵਟ ਨਾ ਹੋਵੇ, ਸਿੱਧੇ ਆਉਣਗੇ, ਸਿੱਧੇ ਦਰਸ਼ਨ ਕਰਕੇ ਚਲ ਜਾਣ ਕਰਨਗੇ, ਅਤੇ ਚਲੋ ਇੰਨਾ ਫਾਇਦਾ ਹੋ ਜਾਣਾਗਾ ਹਰ ਦਮ ਜੀ। ਪਹਿਲੇ ਜਿਹੜੀਆਂ ਰੂਟੀਨ 'ਚ ਟ੍ਰੇਨਾਂ ਚੱਲਦੀਆਂ ਸੀ, 4 ਅੱਪ ਦੀਆਂ ਸਨ, 4 ਡਾਊਨ ਦੀਆਂ ਸਨ, ਅਤੇ ਹੁਣ ਬਾਬਾ ਜੀ ਦੇ ਪ੍ਰਕਾਸ਼ ਪੁਰਬ 'ਤੇ ਰੇਲਵੇ ਨੇ ਐਕਸਟਰਾ 2 ਗੱਡੀਆਂ ਹੋਰ ਚਲਾਈਆਂ ਨੇ ਯਾਤਰੀਆਂ ਦੀਆਂ ਸੁਵਿਧਾਵਾਂ ਵਾਸਤੇ। 2 ਅੱਪ ਨੇ, 2 ਡਾਊਨ ਨੇ, ਜਿਹੜੀਆਂ ਡੇਰੇ ਤੋਂ ਵੇਰਕਾ, ਅੰਮ੍ਰਿਤਸਰ, ਬਿਆਸ, ਜਲੰਧਰ ਹੁੰਦੇ ਸੁਲਤਾਨਪੁਰ ਲੋਧੀ ਤੱਕ ਜਾਂਦੀਆਂ ਨੇ। ਇਹ ਕਿੰਨੀ ਕੁ ਰੋਜ਼ਾਨਾ ਦੀ ਇੱਥੇ ਯਾਤਰੀਆਂ ਦੀ ਆਮਦ ਰਹਿੰਦੀ ਹੈ ਪਹਿਲਾਂ, ਅਤੇ ਤੁਹਾਨੂੰ ਕੀ ਲੱਗਦਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਕਿੰਨੀ ਆਮਦ ਹੋ ਸਕਦੀ ਹੈ? ਦੇਖੋ, ਹਾਲੇ ਤੀਕਰ ਤਾਂ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਜ਼ਿਆਦਾ ਯਾਤਰੀ ਬਾਏ ਟ੍ਰੇਨ ਆ ਰਹੇ ਨੇ। 12-13 ਦੀ ਸਾਡੀ ਇੱਥੋਂ ਸੇਲ ਹੈ ਸਿਰਫ ਟਿਕਟਸ ਦੀ, ਹਾਲੇ ਜਿਹੜੀਆਂ ਸੁਲਤਾਨਪੁਰ ਲੋਧੀ 'ਤੇ ਹੋਈਆਂ ਨੇ, ਅਤੇ ਬਾਕੀ ਉਹੀ ਡੇਲੀ ਪੈਸੰਜਰ ਰੂਟੀਨ ਦੇ ਜਿਹੜੇ ਪੈਸੰਜਰ ਨੇ ਉਹੀ ਨੇ ਯਾਤਰਾ ਕਰ ਰਹੇ। ਜਦ ਕੋਰੀਡੋਰ ਖੁੱਲ੍ਹੇਗਾ ਤਦ ਯਾਤਰੀ ਵੱਧ ਸਕਦੇ? ਹਾਂਜੀ, ਸੰਭਾਵਨਾ ਹੈ ਕਿ ਉਦੋਂ ਯਾਤਰੀ ਵੱਧ ਸਕਦੇ।